ਕਲਗੀ ਧਰ ਪਾਤਸ਼ਾਹ ਦੇ ਦਰਬਾਰ ਵਿੱਚ ਵੀ 52 ਕਵੀ ਹਾਜ਼ਰੀਆਂ ਲਗਾਉਂਦੇ ਰਹੇ, ਕਵੀ ਦਰਬਾਰ ਮਹਾਰਾਜ ਸਜਾਉਂਦੇ ਰਹੇ, ਕਵੀਆਂ ਨੂੰ ਮਾਣ ਪ੍ਰੇਮ ਅਥਾਹ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਸਤਿਕਾਰ ਬਖਸ਼ ਕੇ ਨਿਵਾਜਿਆ ਔਰ ਉਹਨਾਂ ਦੀ ਹੀ ਦਾਤ ਹੈ। ਆਓ ਪ੍ਰੇਮ ਨਾਲ ਜਦੋਂ ਕਲਗੀ ਧਰ ਪਾਤਸ਼ਾਹ ਮਹਾਰਾਜ ਜੀਆਂ ਦੀ ਸਿਫਤ ਲਿਖੀ ਹੈ ਨਾ, ਤਾਂ ਇਹ ਆਪਣੇ ਮਨ ਦੇ ਅੰਦਰ ਇਹ ਅਨੁਭਵ ਕੀਤਾ ਗਿਆ ਮੇਰੇ ਵੱਲੋਂ ਕਿ ਉਸ ਪਾਤਸ਼ਾਹ ਦੀ ਸਿਫਤ ਲਿਖਣ ਲੱਗਿਆ ਇਹ ਹੱਥ ਰੁਕ ਗਏ, ਕਲਮ ਵੀ ਰੁਕ ਗਈ ਵੀ ਕੀ ਲਿਖਾਂ ਸ਼ਹਿਨਸ਼ਾਹ ਤੇਰੀ ਤਾਰੀਫ ਦੇ ਅੰਦਰ, ਕੀ ਲਿਖਾਂ ਮੈਂ ਤੇਰੇ ਸਤਿਕਾਰ ਦੇ ਅੰਦਰ। ਮੇਰੇ ਕੋਲ ਉਹ ਲਫ਼ਜ਼ ਨਹੀਂ, ਮੇਰੇ ਕੋਲ ਉਹ ਸ਼ਾਇਰੀ ਨਹੀਂ ਜਿਹੜੀ ਕਿ ਤੇਰੀ ਤਾਰੀਫ ਨੂੰ ਬਿਆਨ ਕਰ ਸਕੇ। ਸੋ ਆਓ ਪ੍ਰੇਮ ਸਾਹਿਬ ਆਪ ਜੀਆਂ ਨੇ ਸਾਧ ਸੰਗਤ ਦੀ ਉਹ ਅਸੀਸਾਂ ਬਖਸ਼ ਕੇ ਨਿਵਾਜਣਾ ਔਰ ਕਵਿਤਾ ਨੂੰ ਸਰਵਣ ਕਰਨ ਲਈ ਕਿਰਪਾਲਤਾ ਕਰਨ ਲਈ। ਕਲਮਾਂ ਹੀ ਰੁਕ ਗਈਆਂ ਲਿਖਾਂ ਕੀ ਸਿਫਤ ਤੇਰੀ ਸਹਿਬਾ, ਕਲਮਾਂ ਹੀ ਰੁਕ ਗਈਆਂ ਲਿਖਾਂ